ਬਾਬੇ ਕੀ ਹਾਲ ਚਾਲ, ਵੈਲਕਮ ਟੂ ਮਾਈ ਨਿਊ ਵਲੌਗ। ਬਾਬੇ ਇੱਥੋਂ 6 ਰੁਪਏ ਦੀ ਕੋਕੋ ਕੋਲਾ ਦੀ ਮਿਲਦੀ ਆ ਬੋਤਲ ਇੱਕ, ਤੇ ਸਾਹਮਣੇ 5 ਰੁਪਏ ਦੀ ਮਿਲਦੀ ਆ। ਮਤਲਬ ਕਿ ਜੋ ਪ੍ਰਾਈਸ 10 ਦੀ ਮਿਲਦੀ ਬੋਤਲ, 20 ਦੀ ਮਿਲਦੀ ਆ, ਜਨਰਲੀ 20 ਦੀ ਮਿਲਦੀ ਬੋਤਲ, ਜਿਹੜੀ ਇੱਥੋਂ 5 ਰੁਪਏ ਦੀ ਮਿਲਦੀ ਆ, ਮਤਲਬ ਕਿ 15 ਰੁਪਏ ਲੈਸ। ਪਤਾ ਨੀ ਕਿੱਦਾਂ ਪਰ ਮਿਲਦੀ ਇੱਥੇ 15 ਦੀ, 5 ਦੀ ਆ। ਜਿਹੜੀ ਮਰਜ਼ੀ ਬੋਤਲ ਹੋਵੇ, ਮਾਜਾ ਹੋਵੇ, ਮੋਂਟਨ ਡਿਊ ਹੋਵੇ, ਪੈਪਸੀ ਹੋਵੇ, ਕੋਕੋ ਕੋਲਾ ਹੋਵੇ, ਜਿਹੜੀ ਮਰਜ਼ੀ ਹੋਵੇ, ਪਰ ਮਿਲਦੀ ਸਿਰਫ ਓਨਲੀ ਇਨ 5 ਰੁਪੀਸ। ਮੱਥਾ ਟੇਕਣ ਜਾਂਦੇ ਆ ਬਾਬਾ ਅਟਲ ਰਾਏ ਜੀ ਦੇ, ਆ ਰਹੀ ਮਾਰਕਤ ਕੁਛ ਇੱਦਾਂ ਦਾ ਦੇਖਦਾ ਵਾ। ਬਾਬਾ ਅਟਲ ਰਾਏ ਜੀ ਦਾ ਗੁਰਦੁਆਰਾ ਸਾਹਿਬ, ਸਾਹਮਣੇ ਵੀ ਗੁਰਦੁਆਰਾ ਸਾਹਿਬ ਹੈ ਤੇ ਨਾਲ ਸਰੋਵਰ ਵੀ ਆ। ਆ ਰਹੀ ਇਮਾਰਤ, ਇੱਥੋਂ ਦੀ ਕਾਫੀ ਲੰਮੀ ਇਮਾਰਤ ਆ। ਮੱਥਾ ਟੇਕਦੇ ਆ, ਸ਼ਾਇਦ ਸਪੀਕਰ ਦੇ ਕਰਦੇ ਪਏ ਆ, ਬਿਨਾਂ ਸਪੀਕਰ ਦੀ ਨੀ ਆਵਾਜ਼ ਉਹਨਾਂ ਦੀ ਗੂੰਜਦੀ ਪਈ ਆ। ਆ ਵੀ ਦੇਖੋ, ਇੱਥੋਂ ਪਤਾ ਲੱਗ ਜਾਂਦਾ ਕਾਫੀ ਪੁਰਾਣੀ ਇਮਾਰਤ ਆ ਡਿਜ਼ਾਈਨਿੰਗ ਤੋਂ ਹੀ। ਹੁਣ ਫਿਰ ਬਣਦੀ ਪਈ ਆ, ਰੈਨੋਵੇਸ਼ਨ ਦਾ ਕੰਮ ਚੱਲਦਾ ਪਿਆ ਵਾ, ਪਰ ਪੁਰਾਣੀਆਂ ਇਮਾਰਤਾਂ ਪੁਰਾਣੀਆਂ ਹੀ ਆ। ਮੈਂ ਅਜੇ ਤੱਕ ਜਿੰਨੀਆਂ ਵੀ ਵੇਖੀਆਂ ਵਾ ਨਾ, ਕਿਉਂ ਜਗੇ ਜਿੰਨੀਆਂ ਵੀ ਅਜੇ ਤੱਕ ਮੈਂ ਇਮਾਰਤਾਂ ਵੇਖੀਆਂ ਨਾ, ਸਾਰੀਆਂ ਪੁਰਾਣੀਆਂ, ਠੀਕ ਹੈ। ਨਵੀਆਂ ਤੇ ਰੈਨੋਵੇਸ਼ਨ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ। ਤੇ ਜਗ੍ਹਾ ਜਾਂਦੇ ਆ, ਆ ਰਿਹਾ ਇੱਕ ਹੋਰ ਐਂਟਰੀ ਗੇਟ ਬਾਬਾ ਅਟਲ ਰਾਏ ਜੀ ਦੇ ਗੁਰਦੁਆਰਾ ਸਾਹਿਬ ਦਾ, ਤੇ ਆ ਲਾਗੇ ਜੋੜਾ ਘਰ। ਤੇ ਹੁਣ ਮੈਂ ਤੇ ਜੱਗਾ ਜਾਂਦੇ ਆ ਮੱਥਾ ਟੇਕਣ ਦੇ ਲਈ ਸ਼ਹੀਦ ਗੰਜ ਸਾਹਿਬ। ਸ਼ੋਰ ਘੱਟ ਆ ਸ਼ਹੀਦ ਗੰਜ ਸਾਹਿਬ ਦੀ ਗਲੀ ਨੂੰ, ਇੱਥੇ ਇੰਨੀ ਜ਼ਿਆਦਾ ਨਿੱਕੀ ਗਲੀ ਆ ਨਾ, ਭੀੜੀ ਗਲੀ ਆ, ਪਰ ਇੱਥੇ ਵੇਖਿਓ ਸੰਗਤ ਵੇਖਿਓ, ਇੱਥੇ ਟੈਨ ਮਾਰਕੀਟ ਲੱਗੀ ਹੁੰਦੀ ਇੱਥੇ ਤੇ ਪੂਰੀ ਲੰਗਰ ਤੇ ਛੱਕ ਲਿਆ ਵਾ, ਤੇ ਹੁਣ ਲੱਟਰਾਂ ਪੱਟਰਾਂ ਨੂੰ ਵੀ ਛਕਣਾ ਵਾ, ਤੇ ਇਸ ਲਈ ਆਪਾਂ ਹੁਣ ਟਿੱਕੀ ਤੇ ਨਿਊਡਲ ਆਰਡਰ ਕੀਤੇ ਆ ਫੁੱਲ ਪਲੇਟ। ਵੇਖੋ ਕਿੱਦਾਂ ਦਾ ਟੇਸਟ ਆਉਂਦਾ ਵਾ। ਸੀਰੀਅਸ, ਆ ਪੈਂਠਾਂ ਦੀ ਇਹ 2 ਟਿੱਕੀਆਂ, ਆਪਣੇ ਪਿੰਡਾਂ ਦੇ ਅਮਰੀਕ 10 ਦੀ ਇੱਕ ਟਿੱਕੀ ਦਿੰਦਾ ਨਾ, ਸਾਨੂੰ ਉਹ ਵੀ ਮਹਿੰਗੀ ਲੱਗਦੀ ਹੈ। ਇਹ ਪੈਂਠਾਂ ਦੀ ਇੱਕ ਪਲੇਟ 2 ਟਿੱਕੀਆਂ, ਵਾਓ, ਲੱਗਦਾ ਦਹੀਂ ਵਿੱਚ ਸੋਨਾ ਪਿਆ ਏ। ਹੁਣ ਕਿਤੇ ਟੇਸਟ ਲੈਣਾ ਚੰਗਾ ਹੋਇਆ, ਜੱਗੇ ਮੈਂ ਤੈਨੂੰ ਮਾਰ ਦੇਣਾ, ਕਿਉਂਕਿ ਆ ਤੇਰੀ ਪਸੰਦ ਸੀ। ਰੁਕ ਜਾ, ਨਿਊਡਲ ਕਿਤੇ ਨਿਊਡਲਾਂ ਦੀ ਵੀ ਪਲੇਟ ਇੰਨੀ ਹੋਈ ਨਾ, ਇੱਥੇ ਲਈ ਜੂ, ਕਿਉਂਕਿ 100 ਦੀ ਪਲੇਟ ਆ, 100 ਦੀ ਪਲੇਟ ਆ ਨਿਊਡਲਾਂ ਦੀ। ਰਹੀ 100 ਦੀ ਨਿਊਡਲਾਂ ਦੀ ਪਲੇਟ, ਇੰਨੀ ਵੱਡੀ ਪਲੇਟ ਮੈਂ ਤੇ ਮੰਨਦਾ ਹੀ ਨਹੀਂ ਆ। ਇਸ ਤੋਂ ਵੱਡੀ ਤੇ 40 ਦੀ ਆਪਣੇ ਪਿੰਡੋਂ ਮਿਲ ਜਾਂਦੀ ਆ। ਇਹ ਬੰਦਾ ਲੈ ਗਿਆ ਜੋ, ਕਿਤੇ ਹੁਣ ਟੇਸਟ ਨਾ ਹੋਇਆ ਦੋਵਾਂ ਚ, 150 ਰੁਪਈਆ ਬਰਬਾਦ ਹੋ ਜਾਣਾ ਹੈ, ਤੇ ਮੈਂ ਤੈਨੂੰ ਬਰਬਾਦ ਕਰ ਦੇਣਾ ਹੈ। ਆਈ ਐਮ ਟੈਲਿੰਗ ਯੂ, ਇਹਨਾਂ ਨੂੰ ਕਈ ਗੁਣਾ ਵਧੀਆ ਨਾ ਸਾਡੇ ਪਿੰਡ ਦੀ ਅਮਰੀਕ ਟਿੱਕੀ ਆ, 65 ਰੁਪਏ ਬਰਬਾਦ ਟਿੱਕੀ ਆ। ਨਿਊਡਲ ਵੀ ਇੱਦਾਂ ਦੇ ਹੋਏ, ਦਮ ਤੋਂ ਮਰ ਗਿਆ, ਸੋਸ ਵੀ ਪਾ ਲਈਏ। ਜੱਗੇ ਤੂੰ ਤੇ ਹਾਂ ਆਖਣਾ ਹੀ, ਕਿਉਂਕਿ ਤੇਰੀ ਪਸੰਦ ਆ। ਤੇ ਜੱਗੇ ਆਨਾ ਵਾ ਵੀ ਉਹ 150 ਨਾਲੋਂ ਤੇ ਆਹ ਚੋਕਲੇਟ ਸਹੀ ਆ 10 ਵਾਲੀ, ਤੇਰਾ ਕੀ ਖਿਆਲ ਆ? ਟਿੱਕੀ ਚ ਸਵਾਦ ਹੀ, ਹਾਂ ਬਹੁਤ ਜ਼ਿਆਦਾ ਸਵਾਦ ਹੀ। ਇੱਦਾਂ ਦੇ ਟਿੱਕੀਆਂ ਨੇ ਕਦੀ ਵਿਆਹ ਤੇ ਨਹੀਂ ਅਸੀਂ ਮੇਰੇ ਵੇਖੀਆਂ ਹੋਣੀਆਂ, ਵਿਆਹ ਤੇ ਵੀ ਗਈਆਂ ਗੁਜਰੀਆਂ ਟਿੱਕੀਆਂ ਸੀ। ਮੈਂ ਤੇ ਤੁਹਾਨੂੰ ਗੱਲ ਬਾਬੇ ਨੂੰ ਸੁਜੈਸਟ ਕਰੂੰਗਾ ਵੀ ਆਹ ਜਿਹੜੀ ਦੁਕਾਨ ਤੇ ਭੁੱਲ ਭੁਲੇਖੇ ਨਾ ਕਦੀ ਆ ਜਾਇਓ, ਅਸੀਂ ਭੁੱਲ ਭੁਲੇਖੇ ਵੜ ਗਏ ਜੇ, ਉਹ ਵੀ ਆਹ ਬੰਦਾ ਲੈ ਗਿਆ ਮੈਨੂੰ। ਇਹ ਤਾਂ ਚੰਗਾ ਤੇ ਉੱਥੇ ਯਾਰ ਇੱਕ ਮੇਰਾ ਯਾਰ ਬਣਿਆ ਗੋਲ ਗੱਪਿਆਂ ਵਾਲਾ, ਉਹਦੇ ਸਾਹਮਣੇ ਚੇਤਾ ਜੀ, ਅੱਗੇ ਔਰ ਤੋਂ ਜਾ ਕੇ ਅਸੀਂ ਖਾ ਲੈਣੇ ਸੀ ਗੋਲ ਗੱਪੇ, ਤੇਰੇ ਚੱਕਰਾਂ ਚ ਹੁਣ 150 ਰੁਪਏ ਤੇ ਬਰਬਾਦ ਹੋ ਗਿਆ ਵਾ। ਹੁਣ ਮੈਂ ਤੈਨੂੰ ਗੋਲ ਗੱਪੇ ਖਵਾਉਂਦਾ ਵਾ, ਬੈਸਟ ਗੋਲ ਗੱਪੇ, ਔਰ ਇਹ ਸਾਹਮਣੇ ਭਾਵੇਂ ਤੂੰ ਵਰਲਡ ਦੇ ਕਹਿ ਰਹਾ, ਭਾਵੇਂ ਜਿੱਥੇ ਮਰਜ਼ੀ ਕਹਿ ਲਾ, ਚੱਲ ਹੁਣ ਖਾਈਏ ਉੱਥੋਂ ਗੋਲ ਗੱਪੇ, ਤੇਰਾ ਤੇ ਅਸੀਂ ਪਸੰਦ ਵੇਖ ਲਈ, ਹੁਣ ਤੂੰ ਮੇਰੀ ਪਸੰਦ ਵੇਖ ਗੋਲ ਗੱਪਿਆਂ ਦੀ। ਪਾਉਂਦੇ ਆ ਤੇ ਖਾਂਦੇ ਹੁਣ ਆਪਾਂ ਗੋਲ ਗੱਪੇ, ਤੇ ਗੋਲ ਗੱਪੇ ਖਾ ਕੇ ਵੇਖੀ, ਮੈਂ ਜਦੋਂ ਹੁਣ ਹਰਿਮੰਦਰ ਸਾਹਿਬ ਇੱਥੇ ਖਾਂਦਾ ਖਾਂਦਾ ਗੋਲ ਗੱਪੇ। ਥੋੜ੍ਹੀ ਜਿਹੀ ਕਾਂਜੀ ਪਾ ਦਿਓ ਪਹਿਲਾਂ, ਮੈਂ ਹੁਣੇ ਇਹਨਾਂ ਨੂੰ ਪੁੱਛਿਆ ਵਾ ਆਪਣੇ ਆਪ ਨੂੰ ਵੀ ਆ ਇੰਨੀਆਂ ਲਾਈਟਨਿੰਗ ਕਾਹਤੋਂ ਹੋਈ ਆ, ਆਂਦੇ ਪਏ ਆ ਕਿ ਕੱਲ ਮੇਲਾ ਕੋਈ। ਹੁਣ ਵੇਹਨੇ ਉੱਧਰ ਜਾ ਕੇ ਵੀ ਕੀ ਆ, ਕੀ ਗੱਲ ਬਾਤ ਆ, ਉੱਧਰ ਕਾਫੀ ਸਜਾਇਆ ਲੱਗਣ ਡਿਆ ਵਾ। ਬਾਬਿਓ ਤੁਹਾਨੂੰ ਮੈਂ ਨਾ ਪਹਿਨੇ ਚ ਲਾਈਟਨਿੰਗ ਬਹੁਤ ਜ਼ਿਆਦਾ ਹੋਈ ਆ, ਉਹ ਵੇਖੋ ਡੈਕ ਤੱਕ ਲੱਗੇ ਆ,
वाह काफी ये मतलब की पता मैं भी तेरे नाल ही हां तू इदा करने जिदा मैं इत्थों दा रहण वाला वा ओ देखो डेक लगे आ इन्नी लाइटनिंग होई हो भी आई जगह ते उधर भी होई हो उना जगावां दे भी होई हो इत्थे के नु अही पुछदे आ भी इधर की गलबात की इधर ਭਾਜੀ ਆ ਭਲਾ ਇੰਨਾ ਕਦ ਸਜਾਇਆ ਗਿਆ ਜੇ ਆ ਕਾਹਦਾ ਪ੍ਰੋਗਰਾਮ ਜੀ ਹੋਰ ਜੇ ਨੂੰ ਪੁੱਛਦੇ ਆ ਹੋਰ ਕੇ ਨੂੰ ਪੁੱਛਦੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇੱਧਰ ਵੀ ਕਾਫੀ ਜ਼ਿਆਦਾ ਲੱਗਾ ਵਾ ਭਾਜੀ ਆ ਇੰਨੀ ਜ਼ਿਆਦਾ ਸਜਾਵਟ ਕਾਹਤੋਂ ਹੋਈ ਜੇ ਇੱਧਰ ਇੰਨੀ ਜ਼ਿਆਦਾ ਸਜਾਵਟ ਕਾਹਤੋਂ ਹੋਈ ਜੇ कीर्तन दरबार महान कीर्तन दरबार कि सजावट होंगी पूरा मैं पूरा सब कुछ विखा देना आप की गल बात मैं ओ रहा एंट्री गेट 19वां महान कीर्तन दरबार अंदर जाके वेहने एक नु तो पता नहीं बेचारे नु पर दूजे नु पता ही तेरे नाम ही पता लगता मैं बोर्ड नहीं वेखिया बोर्ड वेखिया होता मैं पूछना ही नहीं तो भी इतो आ कवर हो जाता ना ए कारण आ बोर्ड कवर हो गया ही इधर भी चंगा वड्डा एंट्री गेट बनाया गया वा रामगढ़िया दरवाजा रामगढ़िया दरवाजा वाह काफी ज्यादा सजाया गया वा इतने रोक लाई आ कार मोटरसाइकिल एंटर नहीं है उधर न होनी एंट्री अच्छा मेरे हिसाब ना जगे आ मेरे हिसाब ना कद के लिए इन्होंने इदा रोक लाई है भी सजावट आओ कि ज्यादा किन्ना ज्यादा पैसा लाया इन्होंने सजावट ते बल्ले बल्ले और कोने तक की हजे हो ही नहीं वे और तंबू तंबू उन्होंने लैते है पर हजे हो ही नहीं 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 शायद ओ रही लाल जहा दुपट्टा जहा जेड़ा दुपट्टा जहा खाने पर्दा शायद हुंदी पई आ देखो बर्तन किन्ने वड्डे वड्डे लैंदे गए आ हजे होया नहीं आ हजे हूं लगी आवे उ चल दया पा तैयारियां डॉन इधर भी कंस्ट्रक्शन चलती पई हो कुछ ना कुछ मैं जो होना ना इतना शहीदगंज साहब बनता ही होंगे वा हरिमंदर साहब बन नहीं डा हों वा बाकी पार्किंग भी एडी निकी नहीं हो सकती क्यों नहीं पार्किंग ही आेख सामने ध्यान ना वेख कारा लगिया मेरे सामने पार्किंग ही आ काफी वीडी पार्किंग एरिया बनाता हां थले सच पार्किंग एरिया नहीं आनू एक्सपेंड करते पे होने मेन एंट्री गेट शहीद गंज साहब का पर आप दूजे पासो एंट्री होनी है करानी आ रहा गुरुद्वारा साहब द मेन एंट्री गेट हम जाने सारे तो पहला पैर वॉश करते हैं हम जाने दे अंदर जाके मत्था टेकते हैं इदा का कुछ देखता वा शहीद गंज गुरुद्वारा साहब अंदरों तो कुछ इदा देखता वा साइड तो गुरुद्वारा साहब कुछ इदा का देखता वा हाँ देखो इधर सेवा चलती पई है तो जगह सैने बजा पा वा ਕਰਾ ਪ੍ਰਸ਼ਾਦ ਦੀ ਦੇਗ ਮਿਲਦੀ ਆ ਇੱਥੇ ਜੁੱਠੇ ਬਰਤਨਾਂ ਨੂੰ ਧੋਣ ਦੀ ਸੇਵਾ ਚੱਲਦੀ ਪਈ ਆ ਆ ਰਿਹਾ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੇ ਇੱਧਰ ਨੂੰ ਐਂਟਰੀ ਹੁੰਦੀ ਆ ਤੇ ਉੱਧਰ ਪ੍ਰਸ਼ਾਦਾ ਸਾਹਿਬ ਪਏ ਆ ਤੇ ਆਪਾਂ ਤੇ ਸਾਕ ਲਿਆ ਵਾ ਹੁਣ ਮੈਂ ਤੁਹਾਨੂੰ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਦੀ
कार पार्किंग खोलना वा आ वेखो इदा कुछ लग गया कारा इधर कारा ही कारा लगिया वा फ्लोर विच डिवाइडेड आ उत्ते उत्ते दे लंगर हाल बनया होया वा इहदे जिन्ना उत्ते वाला पोर्शन है सारे ते लंगर हाल बनया वा ते थले कार पार्किंग एरिया वा आ फर्स्ट फ्लोर आ आ सैकंड फ्लोर आ ग्राउंड ग्राउंड में ता खने के भी अंडरग्राउंड है सारा आप सारे ने दर्शन कर लिए हम आप चले हैं घर वापस इतनी लाइटनिंग वेखो कि चलती पी है पोच करती आप गए सी 3 तरीक नूं ते आए हैं 4 तरीक नूं क्योंकि हुण रात दे वजदे पए आ 2 इस हिसाब नाल इहदे नाल ही मैं आप लोगों नूं खत्म करदा वा मिलदे हैं अगले ब्लॉग विच थैंक यू फॉर वाचिंग बाय।